ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਲੋਨੀ ਸਰੀਨ ਹਾਰਦਿਕ ਸਵਾਗਤ ਕਰਦੀ ਹਾਂ ਜੀ ਗੱਲਾਂ ਵਿੱਚ ਗੁਲਾਬੋ ਦੇ ਵਿੱਚ ਅੱਜ ਗੱਲ ਕਰਾਂਗੇ ਜੀ ਆਪਾਂ ਕੁਦਰਤੀ ਪਦਾਰਥਾਂ ਦੀ ਜਿਹੜੇ ਸਾਡੇ ਨੈਚੁਰਲ ਰਿਸੋਰਸਿਸ ਨੇ ਉਹ ਖਤਮ ਹੁੰਦੇ ਜਾ ਰਹੇ ਨੇ ਅਤੇ ਉਹਦਾ ਕਾਰਨ ਕੌਣ ਹੈ ਅਸੀਂ ਹੀ ਐਸਾ ਕਾਰਨ ਆ ਜਿਹੜੇ ਉਹਨਾਂ ਨੂੰ ਬਚਾ ਹੀ ਨਹੀਂ ਰਹੇ ਉਹਨਾਂ ਨੂੰ ਸੇਵ ਨਹੀਂ ਕਰ ਰਹੇ ਜਾਂ ਉਹਨਾਂ ਨੂੰ ਆਪਾਂ ਕੰਜ਼ਰਵ ਨਹੀਂ ਕਰਕੇ ਰੱਖ ਰਹੇ ਉਹਦੇ ਕੀ ਕਾਰਨ ਨੇ ਉਹ ਅੱਜ ਗੁਲਾਬੋ ਤੁਹਾਨੂੰ ਪੁੱਛੇਗੀ ਵੀ ਤੁਸੀਂ ਕਿਉਂ ਇੱਦਾਂ ਕਰ ਰਹੇ ਹੋ ਜਦੋਂ ਮੁੱਕ ਜਾਣਗੇ ਸਾਰੇ ਕੁਦਰਤੀ ਪਦਾਰਥ ਫਿਰ ਆਪਾਂ ਰੋਣਾ ਆ ਫਿਰ ਪਛਤਾਉਣਾ ਆ ਨਾਲੇ ਸਾਡੀ ਜਿਹੜੀ ਅਗਲੀ ਜਨਰੇਸ਼ਨ ਹੈ ਉਹਨਾਂ ਨੂੰ ਵੀ ਤਾਂ ਯੂਜ਼ ਕਰਨ ਵਾਸਤੇ ਕੋਈ ਚਾਹੀਦਾ ਆ ਨਾ ਪਰ ਆਪਾਂ ਸੋਚੀਦਾ ਹੀ ਨਹੀਂ ਆ ਅਤੇ ਹੁਣ ਤੁਸੀਂ ਮੈਨੂੰ ਕਾਲ ਕਰਨੀ ਆ ਜੀ 3 4 7 2 5 2 ਅਤੇ 1 2 3 2 'ਤੇ ਦੱਸਣਾ ਆ ਜੀ ਕਿ ਤੁਸੀਂ ਆਪਣੇ ਆਪਣੇ ਲੈਵਲ 'ਤੇ ਆ ਜਿਹੜੇ ਕੁਦਰਤੀ ਪਦਾਰਥ ਨੇ ਜਾਂ ਫਿਰ ਜਿਹੜੇ ਬਾਕੀ ਵੀ ਸਾਡੇ ਰਿਸੋਰਸਿਸ ਨੇ ਉਹਨਾਂ ਨੂੰ ਬਚਾਉਣ ਦੇ ਵਿੱਚ ਆਪਣਾ ਯੋਗਦਾਨ ਕਿਵੇਂ ਪਾਉਂਦੇ ਹੋ ਜਾਂ ਫਿਰ ਗੁਲਾਬੋ ਕੋਲੋਂ ਪੁੱਛ ਲਓ ਜੀ ਕਿਵੇਂ ਤੁਹਾਨੂੰ ਹੈਲਪ ਚਾਹੀਦੀ ਹੈ ਕੋਈ ਤਾਂ ਗੁਲਾਬੋ ਕੋਲੋਂ ਪੁੱਛ ਲਓ ਤੁਹਾਨੂੰ ਦੱਸੇਗੀ ਵੀ ਤੁਸੀਂ ਕੀ ਕਰ ਸਕਦੇ ਹੋ ਆਪਣੇ ਆਪਣੇ ਲੈਵਲ 'ਤੇ ਹੈ ਨਾ ਹੁਣ ਵੇਖ ਲਓ ਤੁਸੀਂ ਕਿਤੇ ਵੀ ਪਾਣੀ ਜਿਹੜਾ ਆ ਨਲਕਾ ਜਿਹੜਾ ਉਹ ਵਗਦਾ ਹੋਇਆ ਵੇਖੋ ਜਿਹਦੇ ਥੱਲੇ ਤੁਸੀਂ ਵੇਖੋ ਬਾਲਟੀ ਨਹੀਂ ਪਈ ਹੋਈ ਜਾਂ ਫਿਰ ਉਹ ਵੇਸਟ ਹੋ ਰਿਹਾ ਆ ਉਹਨੂੰ ਤੁਸੀਂ ਕੀ ਕਰ ਸਕਦੇ ਹੋ ਬੰਦ ਕਰ ਸਕਦੇ ਹੋ ਕਿਉਂਕਿ ਦੇਖੋ ਯੂਜ਼ ਜਿੰਨਾ ਮਰਜ਼ੀ ਕਰ ਲਓ ਪੀ ਜਿੰਨਾ ਮਰਜ਼ੀ ਲਓ ਪਰ ਜਿਹੜੀ ਵੇਸਟੇਜ ਆ ਉਹ ਗਲਤ ਹੈ ਨਾ ਉਹ ਨਹੀਂ ਹੋਣੀ ਚਾਹੀਦੀ ਅਤੇ ਪਾਣੀ ਕਿਸੇ ਵੀ ਤਰ੍ਹਾਂ ਆਪਾਂ ਵੇਸਟ ਨਹੀਂ ਕਰਨਾ ਜਦੋਂ ਆਪਾਂ ਭਾਂਡੇ ਧੋ ਰਹੇ ਹਾਂ ਇਹ ਆਪਾਂ ਦੇਖਣਾ ਹੈ ਵੀ ਜਦੋਂ ਆਪਾਂ ਭਾਂਡੇ ਧੋ ਰਹੇ ਹਾਂ ਅਤੇ ਉਹਨੂੰ ਆਪਾਂ ਜਿਹੜਾ ਮਿਨੀਮਮ ਟੂ ਮਿਨੀਮਮ ਪਾਣੀ ਯੂਜ਼ ਕਰਨਾ ਆ ਜਿਸ ਲਈ ਆਪਾਂ ਭਾਂਡੇ ਮਾਂਜ ਰਹੇ ਹਾਂ ਉਸ ਲਈ ਜਿਹੜਾ ਨਲਕਾ ਆ ਉਹਨੂੰ ਬੰਦ ਰੱਖਣਾ ਆ ਜਿਸ ਲਈ ਧੋਣੇ ਆ ਉਸ ਲਈ ਨਲਕਾ ਔਨ ਕਰੀਏ ਕਈ ਮੈਂ ਦੇਖੇ ਨੇ ਕਈ ਘਰਾਂ ਵਿੱਚ ਜਦੋਂ ਜਿਹੜੇ ਕੰਮ ਕਰਨ ਆਉਂਦੇ ਨੇ ਜਾਂ ਫਿਰ ਜਿਹੜੇ ਆਪ ਵੀ ਭਾਂਡੇ ਧੋਂਦੇ ਨੇ ਉਹ ਕੀ ਕਰਦੇ ਨੇ ਕਿ ਨਲਕਾ ਖੁੱਲ੍ਹਾ ਛੱਡ ਦਿੰਦੇ ਨੇ ਅਤੇ ਭਾਂਡੇ ਮਾਂਜੇ ਜਾਂਦੇ ਨੇ ਫਿਰ ਇਕੱਠੇ ਕਰਕੇ ਫਿਰ ਧੋਂਦੇ ਨੇ ਉਨੀ ਦੇਰ ਤੱਕ ਪਾਣੀ ਵੇਸਟ ਹੁੰਦਾ ਆ ਅਤੇ ਆਪਾਂ ਕੋਸ਼ਿਸ਼ ਕਰਨੀ ਆ ਕਿ ਇਹ ਜਿਹੜੀ ਛੋਟੀ ਛੋਟੀ ਚੀਜ਼ਾਂ ਆ ਇਹਦੇ ਕਰਨ ਨਾਲ ਹੋਣਾ ਕੁਛ ਨਹੀਂ ਹੈ ਬਟ ਇਹ ਹੋਣਾ ਆ ਵੀ ਸਾਡੇ ਜਿਹੜੇ ਪਦਾਰਥ ਨੇ ਉਹ ਬਚ ਜਾਣਗੇ ਹੈ ਨਾ ਵੇਸਟ ਹੋਣ ਤੋਂ ਬਚ ਜਾਣਗੇ ਕਈ ਵਾਰ ਆਪਾਂ ਵੇਖਦੇ ਹਾਂ ਜੀ ਪਾਣੀ ਆਪਾਂ ਨਹਾਉਣ ਵੇਲੇ ਬਹੁਤਾ ਨਹੀਂ ਵੇਸਟ ਕਰ ਲਈਦਾ ਬੱਚਿਆਂ ਨੂੰ ਨਵਾਈਦਾ ਆ ਤਾਂ ਕਿਤੇ ਵੀ ਪਾਣੀ ਮਤਲਬ ਆਪਾਂ ਖੁੱਲ੍ਹਾ ਪਾਣੀ ਦੇ ਦਿੰਦਾ ਆ ਨਹਾਉਣ ਨੂੰ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਉਹ ਤਾਂ ਵੇਸਟ ਕਰਨਗੇ ਬਟ ਸਾਨੂੰ ਸਮਝ ਹੈਗੀ ਆ ਨਾ ਵੀ ਆਪਾਂ ਕਿੰਨਾ ਜਿਹੜਾ ਆ ਉਹ ਰਿਸੋਰਸ ਉਹ ਯੂਜ਼ ਕਰਨਾ ਆ ਜਾਂ ਫਿਰ ਆਪਾਂ ਸ਼ਾਰ ਔਨ ਕਰਦੇ ਹਾਂ ਅਤੇ ਉਸ ਦੇ ਵਿੱਚ ਆਪਾਂ ਮਿਨੀਮਮ ਟੂ ਮਿਨੀਮਮ ਜਿਹੜਾ ਆ ਉਹ ਯੂਜ਼ ਕਿੱਦਾਂ ਕਰ ਸਕਦੇ ਹਾਂ ਜਾਂ ਫਿਰ ਔਨ ਕਰਕੇ ਛੱਡ ਦੇ ਤਾਂ ਉਹ ਤਾਂ ਸਾਡੀ ਮਰਜ਼ੀ ਹੈ ਹੈ ਨਾ ਕਈ ਵਾਰ ਅੱਛਾ ਇਹ ਤਾਂ ਸੀਗੀਆਂ ਪਾਣੀ ਦੀਆਂ ਗੱਲਾਂ ਹੋਰ ਰਿਸੋਰਸਿਸ ਮੈਂ ਤੁਹਾਨੂੰ ਗਿਣਾਵਾਂਗੀ ਨਾਲ ਦੇ ਨਾਲ ਆਪਾਂ ਕਾਲਸ ਲੈਂਦੇ ਜਾਵਾਂਗੇ ਜੀ ਅਤੇ ਆਪਣੇ ਜਿਹੜੇ ਕਾਲਰਸ ਨੇ ਉਹਨਾਂ ਨੂੰ ਪੁੱਛਾਂਗੇ ਵੀ ਉਹ ਕਿੱਦਾਂ ਬਚਤ ਕਰਦੇ ਨੇ ਜਾਂ ਫਿਰ ਉਹ ਕੀ ਚਾਹੁੰਦੇ ਨੇ ਵੀ ਉਹ ਕਿੱਦਾਂ ਬਚਤ ਕਰ ਸਕਣ ਆਪਾਂ ਸਾਰਿਆਂ ਕਾਲਰਸ ਦੀਆਂ ਸੁਜੈਸ਼ਨਸ ਲਵਾਂਗੇ ਹੈਲੋ ਓਕੇ ਜੀ ਇਹ ਕਹਿੰਦੇ ਨੇ ਵੀ ਹਾਲੇ ਅਸੀਂ ਜਿਹੜੇ ਰਿਸੋਰਸਿਸ ਨੇ ਉਹਨਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਹਾਂ ਕਾਲ ਬਾਅਦ 'ਚੋਂ ਕਰ ਲਾਂਗੇ ਮੈਂ ਕਿਹਾ ਕੋਈ ਚੱਕਰ ਨਹੀਂ ਮੈਂ ਸੁਜੈਸਟ ਕਰ ਦਿੰਦੀ ਹਾਂ ਜੀ ਕਿਵੇਂ ਕਰਨਾ ਆ ਜਿਹੜੀ ਗੈਸ ਹੈ ਜਿਹੜੀ ਆਪਾਂ ਸਿਲੰਡਰ ਦੇ ਵਿੱਚ ਗੈਸ ਭਰਦੇ ਹਾਂ ਜੀ ਉਹ ਕਿੱਦਾਂ ਬਚਾ ਸਕਦੇ ਹਾਂ ਹੁਣ ਵੇਖੋ ਤੁਸੀਂ ਜਿਹੜਾ ਭਾਂਡਾ ਆ ਉਹ ਰੱਖਿਆ ਆ ਗੈਸ 'ਤੇ ਉਹਨੂੰ ਢੱਕ ਕੇ ਰੱਖੋ ਪਾਣੀ ਉਬਾਲ ਰਹੇ ਹੋ ਚਾਹ ਬਣਾ ਰਹੇ ਹੋ ਜਾਂ ਫਿਰ ਸਬਜ਼ੀ ਬਣਾ ਰਹੇ ਹੋ ਜੇ ਉਹਨੂੰ ਢੱਕ ਕੇ ਰੱਖਦੇ ਹਾਂ ਤਾਂ ਜਿਹੜੀ ਉਹਦੀ ਹੀਟ ਆ ਉਹਦੇ ਵਿੱਚ ਰਿਵੋਲਵ ਹੁੰਦੀ ਰਹਿੰਦੀ ਹੈ ਅਤੇ ਸਹੀ ਜਿਹੜੀ ਸਬਜ਼ੀ ਹੈ ਜਾਂ ਚਾਹ ਹੈ ਜਾਂ ਪਾਣੀ ਹੈ ਛੇਤੀ ਉਬਲ ਜਾਏਗਾ ਹੈ ਨਾ ਅਤੇ ਇੱਦਾਂ ਦੀਆਂ ਛੋਟੀ ਛੋਟੀਆਂ ਆਪਾਂ ਜਿਹੜੀਆਂ ਚੀਜ਼ਾਂ ਨੇ ਉਹ ਕਰਨੀਆਂ ਜ਼ਰੂਰ ਨੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਬੱਬੂ ਬੋਲ ਰਹੀ ਬੱਬੂ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡੇ ਬਹੁਤ ਵਧੀਆ ਆਪਣਾ ਸੁਣਾਓ ਵਧੀਆ ਜੀ ਵਧੀਆ ਅੱਛਾ ਜੀ ਸਾਰੇ ਕਹਿੰਦੇ ਸੀ ਲੱਗ ਰਹੇ ਹੋ ਮੈਂ ਕਿਹਾ ਬੜੇ ਤਿਤਲੀ ਵਾਲੇ ਕਿਊਟ ਲੱਗ ਰਹੇ ਅੱਜ ਮੈਂ ਬਸੰਤ ਮਨਾ ਰਹੀ ਸੀਗੀ ਹਰ ਵਾਰ ਆਪਾਂ ਨਵੀਂ ਵੈਰਾਈਟੀ ਟੌਪਿਕਸ ਦੀ ਲੈ ਕੇ ਆਈ ਸੀ ਤੇ ਮੈਂ ਬਾਲ ਵੀ ਮੈਂ ਕਿਹਾ ਵੱਖਰੇ ਵੱਖਰੇ ਬਣਾਉਣੇ ਚਾਹੀਦੇ ਹੈ ਨਾ ਗੁੱਡ ਗੁੱਡ ਅੱਜ ਦਾ ਟੌਪਿਕ ਤੇ ਵੈਸੇ ਵੀ ਬਹੁਤ ਅੱਛਾ ਆਇਆ ਇਹ ਸੇਵਿੰਗ ਸਾਡੇ ਪਤਾ ਕੀ ਆ ਤੁਹਾਡੇ ਤਾਂ ਇੱਥੇ ਚਲੋ ਬਿੱਲ ਇਸ ਤਰ੍ਹਾਂ ਨਹੀਂ ਆਉਂਦੇ ਇੱਥੇ ਤੇ ਡਬਲ ਬਿੱਲ ਆਉਂਦੇ ਆ ਓਕੇ ਇੱਥੇ ਅਮਰੀਕਾ ਦੇ ਸਿਸਟਮ ਆ ਕਿ ਆਊਟਪੁੱਟ ਇਨਪੁੱਟ ਦੋਨੇ ਹੀ ਬਿੱਲ ਆਉਂਦੇ ਆ ਕਿੰਨਾ ਤੁਸੀਂ ਵਰਤ ਰਹੇ ਤੇ ਕਿੰਨਾ ਬਾਹਰ ਜਾ ਰਿਹਾ ਪਾਣੀ ਉਹਦਾ ਵੀ ਬਿੱਲ ਆਉਂਦਾ ਡਬਲ ਉਹਦਾ ਜ਼ਿਆਦਾ ਆਉਂਦਾ ਸਮਾਂ ਜਿਹੜਾ ਤੁਹਾਡਾ ਬਾਹਰ ਜਾ ਰਿਹਾ ਪਾਣੀ ਵੇਸਟਿੰਗ ਚ ਅੱਛਾ ਅੱਛਾ ਫਿਰ ਤੁਸੀਂ ਕੋਸ਼ਿਸ਼ ਕਰਦੇ ਹੋ ਵੀ ਘੱਟ ਵੇਸਟ ਕਰੀਏ
ਕਈ ਵਾਰੀ ਤੇ ਏਦਾਂ ਦਿਲ ਕਰਦਾ ਹੁੰਦਾ ਜਿਹਨਾਂ ਦੇ ਘਰ ਆਪਣੇ ਆ ਕੇ ਚਲੋ ਇਹ ਜ਼ਿਆਦਾ ਕੁਛ ਸਬਜ਼ੀਆਂ ਸੁਬਜ਼ੀਆਂ ਬਾਸ਼ ਕਰਦੇ ਆ, ਸਾਗ ਵਗੈਰਾ ਪਿੱਛੋਂ ਤੋੜਿਆ, ਅਸੀਂ ਉਹ ਫੇਰ ਉਹ ਚੁੱਕ ਕੇ ਆਪਣੀਆਂ ਕਿਆਰੀਆਂ ਚ ਵੀ ਪਾ ਦਿੰਦੇ ਆ। ਸਾਡੇ ਜਿਹੜੇ ਮਦਰਸ ਆ ਉਹ ਬਹੁਤ ਏਦਾਂ ਸੋਚਦੇ ਆ, ਜਦੋਂ ਉਹਨਾਂ ਨੂੰ ਏਦਾਂ ਦੀਆਂ ਗੱਲਾਂ ਪਤਾ ਲੱਗੇ ਨਾ, ਮੇਰੇ ਮੰਮੀ ਤਾਂ ਬਹੁਤ ਕਰਦੇ ਹੁੰਦੇ ਸੀ ਖਿਆਲ ਵਿਚਾਰੇ, ਉਹ ਜ਼ਿਆਦਾ ਆਪਣੀਆਂ ਸਾਗ ਸਬਜ਼ੀਆਂ ਨੂੰ ਲੈ ਚੁੱਕ ਕੇ ਪਾ ਦੇਣਾ ਬਾਹਰ ਕਿਆਰੀ ਚ, ਉਹਦਾ ਬਿੱਲ ਜ਼ਿਆਦਾ ਆਉਂਦਾ ਆ ਇੱਥੇ ਇਸ ਤਰ੍ਹਾਂ ਆ ਥੋੜ੍ਹਾ। ਬਾਕੀ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਜਿੱਦਾਂ ਅਸੀਂ ਟੈਪ ਛੱਡਦੇ ਹਾਂ ਨਾ, ਇਹ ਸਾਡੇ ਡੈਡੀ ਮੰਮੀ ਸਾਨੂੰ ਉਹ ਸਿਆਣੇ ਬਹੁਤ ਹੀ ਸਿਖਾਉਂਦੇ ਆ, ਮੇਰੇ ਡੈਡੀ ਤਾਂ ਬਹੁਤ ਏਦਾਂ ਦੇ ਆ, ਐਡਵਾਈਸ ਕਰਦੇ ਰਹਿੰਦੇ ਸਾਨੂੰ। ਉਹ ਆਣ ਕੇ ਨਾ ਕੀ ਕਰਨਗੇ, ਉਹਨੂੰ ਟਾਈਟ ਕਰ ਦੇਣਗੇ, ਕਹਿੰਦੇ ਇੰਨੇ ਥੋੜੇ ਪਾਣੀ ਨਾਲ ਵੀ ਧੋ ਹੋ ਜਾਂਦੇ ਆ ਭਾਂਡੇ, ਤੁਸੀਂ ਫੁੱਲ ਕਿਉਂ ਛੱਡਦੇ ਆ, ਉਹ ਸਾਰਾ ਵੇਸਟ ਜਾ ਰਿਹਾ ਪਾਣੀ। ਹਾਂ, ਉਹਨਾਂ ਨੂੰ ਥੋੜਾ ਉਹਨੂੰ ਆਨ ਕਰ ਲਓ ਟੈਪ ਨੂੰ, ਤੋਂ ਜ਼ਿਆਦਾ ਉਹ ਵੀ ਅੱਛਾ ਹੌਲੀ ਹੌਲੀ ਅੱਛੇ ਤਰ੍ਹਾਂ ਤੋਂ ਹੋ ਜਾਂਦੇ ਨਾਲੇ ਪਾਣੀ। ਬਹੁਤ ਸੀਰੀਅਸਲੀ ਤੁਸੀਂ ਬਹੁਤ ਵਧੀਆ ਜਿਹੜੀਆਂ ਚੀਜ਼ਾਂ ਦੱਸੀਆਂ ਨੇ ਵੀ ਟੈਪ ਦੀ ਜਿਹੜਾ ਆਪਾਂ ਉਹਦੇ 'ਚੋਂ ਜ਼ਿਆਦਾ ਪਾਣੀ ਆ ਰਿਹਾ ਉਹਨੂੰ ਥੋੜਾ ਟਾਈਟ ਵੀ ਕਰ ਦਾਂਗੇ ਤਾਂ ਤਾਂ ਵੀ ਕੱਪੜੇ ਪਾਣੀ ਸਾਰਾ ਜਿਹੜਾ ਉਹ ਧੁੱਪ ਜਾਣਗੇ ਪਾਣੀ ਨਾਲ, ਹੈ ਨਾ, ਅਤੇ ਬਹੁਤ ਭਾਂਡੇ ਬਹੁਤ ਅੱਛੀ ਤਰ੍ਹਾਂ ਧੋਂਦੇ, ਛਿੱਟੇ ਨਹੀਂ ਪੈਂਦੇ, ਥੋੜੇ ਪਾਣੀ ਨਾਲ ਧੋਵੋਗੇ ਤਾਂ ਹੌਲੀ ਧੋ ਹੋ ਜਾਣਗੇ, ਜ਼ਿਆਦਾ ਛੱਡੋਗੇ ਤਾਂ ਜ਼ਿਆਦਾ ਉਹ ਧੋ ਧੋ ਉਸ ਤਰ੍ਹਾਂ ਹੀ ਹੋਣੇ, ਉਹ ਐਵੇਂ ਵੇਸਟਿੰਗ ਜ਼ਿਆਦਾ ਜਾਂਦਾ ਫਿਰ ਪਾਣੀ ਜ਼ਿਆਦਾ ਆਏਗਾ। ਬਹੁਤ ਬਹੁਤ ਸ਼ੁਕਰੀਆ, ਹੋਰ ਵੀ ਬਹੁਤ ਗੱਲਾਂ ਆ ਜਿਹੜੀਆਂ ਇੱਦਾਂ ਸੇਵਿੰਗ ਕਰਨ ਵਾਲੀਆਂ, ਜੇ ਕੋਈ ਕਰੇ ਤੇ ਫੇਰ ਹੀ ਹੁੰਦਾ ਨਾ। ਬਿਲਕੁਲ ਬਿਲਕੁਲ, ਜੇ ਕੋਈ ਕਰੇ ਤਾਂ ਹੀ। ਹੁਣ ਅਗਲੇ ਕਾਲਰ ਜਿਹੜੇ ਨੇ ਸਾਡਾ ਰੈਡੀ ਨੇ ਦੱਸਣ ਵਾਸਤੇ ਵੀ ਉਹ ਕਿੱਦਾਂ ਬਚਤ ਕਰਦੇ ਨੇ। ਸ਼ੁਕਰੀਆ ਜੀ, ਬਹੁਤ ਬਹੁਤ ਵਧੀਆ ਲੱਗਾ ਤੁਸੀਂ ਇੰਨਾ ਕੁਝ ਸੁਜੈਸਟ ਕੀਤਾ। ਅਗਲੇ ਕਾਲਰ ਨੂੰ ਪੁੱਛਦੇ ਹਾਂ ਉਹ ਕਿਵੇਂ ਤੁਸੀਂ ਬਚਤ ਕਰਦੇ ਹੋ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਮੈਂ ਬੋਲਦਾ ਹਾਂ ਗੱਗੀ ਜੀ। ਓਕੇ, ਕਿੱਥੋਂ ਬੋਲਦੇ ਸਰ? ਮੈਂ ਤਾਂ ਕੰਮ ਕਰਦਾ ਨਹੀਂ ਗੱਲ ਸਿਰਫ ਪਾਣੀ ਦੀ ਨਹੀਂ ਹੈ ਤੁਸੀਂ ਡਰਾਈਵ ਤਾਂ ਕਰਦੇ ਹੋਣੇ ਹੋ ਬਿਲਕੁਲ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਦਾ ਬਾਲ ਤੱਕ ਹਿਲਦਾ ਜੀ, ਹਿਲਦਾ ਆ, ਐਕਸਰਸਾਈਜ਼ ਹੋ ਜਾਂਦੀ ਹੈ ਜਾਂ ਸਾਈਕਲ ਚਲਾਉਂਦੇ ਜੀ ਆਪਾਂ। ਬਿਲਕੁਲ ਬਿਲਕੁਲ ਬਿਲਕੁਲ, ਠੀਕ ਹੈ ਨਾ ਜੀ। ਸਾਈਕਲ ਬਹੁਤ ਵਧੀਆ, ਬਹੁਤ ਵਧੀਆ ਪ੍ਰੈਕਟਿਸ ਆ ਜੀ। ਬਹੁਤ ਵਧੀਆ ਪੁਆਇੰਟ ਤੁਸੀਂ ਦੱਸਿਆ ਵੀ ਫਿਊਲ ਨੂੰ ਬਚਾਉਣ ਲਈ ਆਪਾਂ ਸਾਈਕਲ ਯੂਜ਼ ਕਰ ਸਕਦੇ ਹਾਂ, ਤਾਂ ਕੋਈ ਨੁਕਸਾਨ ਨਹੀਂ ਹੈਗਾ ਆਪਣੀ ਬਾਡੀ ਵਾਸਤੇ ਵੀ, ਬਹੁਤ ਵਧੀਆ ਹੈ ਜੀ। ਅਗਲੇ ਜਿਹੜੇ ਕਾਲਰਸ ਨੇ ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ, ਉਹ ਵੀ ਹੌਲੀ ਹੌਲੀ ਦੱਸਣਗੇ ਕਿ ਉਹ ਕਿਵੇਂ ਨੈਚੁਰਲ ਰਿਸੋਰਸਿਸ ਨੂੰ ਬਚਾਉਂਦੇ ਨੇ ਜੀ ਕੁਦਰਤੀ ਪਦਾਰਥਾਂ ਨੂੰ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਗੁਲਾਬੋ ਨਾਲ ਗੱਲ ਕਰਾ ਦੋ ਜੀ। ਗੁਲਾਬੋ ਹੀ ਬੋਲ ਰਹੀ ਆ, ਸ਼ਕਲ ਨਹੀਂ ਪਹਿਚਾਣ ਰਿਹਾ ਅੱਜ ਤੁਸੀਂ? ਅੱਛਾ ਅੱਛਾ ਹਾਂਜੀ, ਮੈਂ ਕਿਹਾ ਜੀ ਤੁਸੀਂ ਗੱਲ ਤਾਂ 150% ਠੀਕ ਕਰ ਰਹੇ ਹੋ। ਹਾਂਜੀ, ਬਹੁਤ ਸਿਆਣੀ ਗੱਲ ਆ, ਪਰ ਜਿਹੜੇ ਅੱਜ ਕੱਲ ਦੇ ਨਵੇਂ ਜਿਹੜੇ ਬੱਚੇ ਆ ਨਾ, ਉਹ ਤੁਹਾਡੀ ਗੱਲ ਸੁਣ ਤੇ ਨਹੀਂ ਚਾਹੁੰਦੇ ਵੀ ਇਹ ਕਿੱਦਾਂ ਗੱਲ ਕਰਦੇ ਆ। ਬਿਲਕੁਲ ਸਰਫੇ ਵਾਲੀ ਇਹ ਆਉਂਦੀ ਉਮਰ ਹੁੰਦੀ ਆ, ਜਦੋਂ ਸਿਰ ਤੇ ਪਵੇ ਨਾ ਫਿਰ ਸਾਰੇ ਕਰਦੇ ਨੇ। ਕਿਸੇ ਨੂੰ ਆਖੋ ਨਾ ਲੈ ਵੀ ਐਵੇਂ ਗੱਡੀ ਭਜਾਈ ਫਿਰਦਾ ਤੇ ਤੂੰ ਕਿਤੇ ਕੰਮ ਜਾਣਾ ਤਾਂ ਲੈ ਜਾ ਕਰ, ਆਖਣਗੇ ਮੈਂ ਤਾਂ ਇੱਥੇ ਹੀ ਜਾਣਾ ਸੀ, ਤੂੰ ਮੈਨੂੰ ਟੋਕਦੀ ਕਿਉਂ, ਟੋਕਦਾ ਕਿਉਂ ਆ। ਪਹਿਲਾ ਜ਼ਮਾਨਾ ਹੁੰਦਾ ਸੀ ਨਾ ਜਦੋਂ, ਉਦੋਂ ਸਵਾਹ ਨਾ ਭਾਂਡੇ ਮਾਜਦੀਆਂ ਹੁੰਦੀਆਂ ਸੀ। ਹਾਂਜੀ, ਹੁਣ ਤਾਂ ਸੋਪ ਨਾਲ ਲਾਉਂਦੀਆਂ ਨਾ, ਤੇ ਹੁਣ ਪਤਾ ਲੱਗਦਾ ਜੇ ਉਹ ਆਪਦੇ ਸਿਰ ਤੇ ਪਵੇ ਗੱਲ ਉਮਰ ਨਾਲ। ਹੁਣ ਕੀ ਆ, ਹਰ ਗੱਲ ਚ ਜਿਹੜਾ ਪਾਣੀ ਵੇਸਟ ਜਾਣਾ ਉਹ ਵੀ ਬੜੀ ਮਾੜੀ ਗੱਲ ਆ, ਜਿਹੜਾ ਸਾਬਣ ਜਾਣਾ ਫਜ਼ੂਲ ਖਰਚਾ ਕਰਨਾ ਉਹ ਵੀ ਬੜਾ ਮਾੜਾ, ਪਰ ਹਟਦਾ ਬੰਦਾ ਕਿ ਜੇ ਇਕੱਠਾ ਨਾ ਤੇ ਨਹੀਂ ਹਟਦਾ, ਜੇ ਆਪਦੇ ਸਿਰ ਤੇ ਪਵੇ ਤੇ ਫੇਰ ਵੇਖੋ ਕਰ ਕਿੱਦਾਂ। ਦੇਖੋ ਜੀ, ਬਚਤ ਕਿਸੇ ਵੀ ਤਰ੍ਹਾਂ ਦੀ ਹੋਏ ਉਹ ਜ਼ਰੂਰੀ ਆ, ਭਾਵੇਂ ਘਰਾਂ 'ਚੋਂ ਪੈਸੇ ਦੀ ਬਚਤ ਹੋਵੇ, ਭਾਵੇਂ ਉਹ ਘਰ ਦੇ ਰਾਸ਼ਨ ਦੀ ਬਚਤ ਹੋਵੇ, ਭਾਵੇਂ ਉਹ ਜਿਹੜੇ ਕੁਦਰਤੀ ਪਦਾਰਥ ਨੇ ਉਹਨਾਂ ਦੀ ਬਚਤ ਹੋਵੇ, ਬਹੁਤ ਜ਼ਰੂਰੀ ਆ। ਹੁਣ ਤੁਸੀਂ ਦੱਸਿਆ ਵੀ ਜਦੋਂ ਆਪਾਂ ਬੱਚਿਆਂ ਨੂੰ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹਨਾਂ ਨੂੰ ਜਦੋਂ ਕਹੀਦਾ ਆ ਨਾ ਵੀ ਤੁਸੀਂ ਜਿਹੜਾ ਕੋਲੇ ਜਾਣਾ ਆ ਤੇ ਗੱਡੀ ਕਾਹਨੂੰ ਲੈ ਕੇ ਜਾਣੀ, ਤੁਸੀਂ ਆਪਣੇ 2-wheeler ਜਾਂ ਜਿਹੜੇ 4-wheeler ਆ ਉਹ ਕਿਉਂ ਲੈ ਕੇ ਜਾਣੇ ਨੇ, ਪਰ ਉਹਨਾਂ ਨੂੰ ਗੁੱਸਾ ਲੱਗਦਾ ਆ ਵੀ
ਜਾਣਾ ਆ ਤੇ ਲੈ ਜਾਂਦੇ ਆ ਤੇ ਕੋਈ ਫਰਕ ਨਹੀਂ ਪੈਂਦਾ, ਪਰ ਜੇ ਤੁਸੀਂ ਇਹ ਛੋਟੀ ਛੋਟੀ ਗੱਲਾਂ ਤੁਸੀਂ ਆਪਣੀਆਂ ਨੋਟਿਸ ਕਰੋ ਨਾ ਤੇ ਆਪਾਂ ਕਾਫੀ ਵੇਸਟੇਜ ਕਰ ਦਿੰਦੀ ਆ। ਪਹਿਲਾਂ ਆਪਾਂ ਕਿੰਨਾ ਤੁਰ ਕੇ ਜਾਈਦਾ ਸੀਗਾ ਤੇ ਸਰੀਰ ਵੀ ਠੀਕ ਰਹਿੰਦੇ ਸੀਗੇ, ਅੱਜ ਕੱਲ ਆਪਾਂ ਮੁਹਤਾਜ਼ ਹੋ ਗਿਆ ਜੀ ਇਹਨਾਂ ਚੀਜ਼ਾਂ ਦੇ, ਹਨਾ। ਹਾਂ ਬਾਕੀ ਨੌਵਾਂ ਨੂੰ ਤੁਸੀਂ ਆਹ ਆਖੋ ਨਾ ਤੇ ਸੱਸ ਨੂੰ ਆਉਂਦੇ ਇਹਨੂੰ ਇੱਥੋਂ ਅਮੈਰੀਕਾ ਚੋਂ ਆਉਂਦੇ ਇਹਨੂੰ ਕਲਾਜ ਦੇ ਕਿਵੇਂ ਟੋਕਾ ਟੱਕ ਜੀ ਕਰਦੀ ਆ, ਅਮੈਰੀਕਾ ਤੋਂ ਮਹੀਨਾ ਨੀ ਕੱਢੂ ਜੇ ਉਹਨੂੰ ਡੱਕੂ ਕਿਸੇ ਗੱਲੋਂ ਕਿ ਤੂੰ ਇੱਥੋਂ ਸਰਫਾ ਕਰ ਇੱਥੋਂ ਇਹ ਇਹੋ ਚੁੱਪ ਕਰਕੇ ਤੇ ਬਹਿ ਰਹੋ। ਚੰਗਾ ਜੇ ਸਰਫੇ ਦੀ ਗੱਲ ਕਰੋ ਨਾ ਤੇ ਫਿਰ ਆਪਦੀ ਗਲਢੀ ਬੰਨ ਛੱਡੇ। ਬਿਲਕੁਲ ਤੁਹਾਡੀ ਗੱਲ ਵੀ ਠੀਕ ਹੈ ਜੀ, ਆਪਾਂ ਕੋਸ਼ਿਸ਼ ਕਰਾਂਗੇ ਆਪਣੇ ਆਪਣੇ ਲੈਵਲ ਤੇ, ਬਾਕੀ ਤਾਂ ਦੂਜੇ ਬੰਦੇ ਦੀ ਸਮਝ ਹੈ ਜੀ। ਹੁਣ ਅਗਲੇ ਕਾਲਰ ਨੂੰ ਪੁੱਛਦੇ ਆ ਵੀ ਉਹ ਬਚਤ ਕਿਵੇਂ, ਥੈਂਕ ਯੂ ਸੋ ਮਚ ਜੀ, ਬਚਤ ਕਿਵੇਂ ਕਰਦੇ ਨੇ। ਹੈਲੋ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਕਾਲਰਸ। ਹੈਲੋ, ਲੱਗਦਾ ਇਹਨਾਂ ਨੂੰ ਮੇਰੀ ਆਵਾਜ਼ ਨਹੀਂ ਆ ਰਹੀ ਜਾਂ ਫਿਰ ਬੱਚਤ ਕਰਦੇ ਨਹੀਂ ਹੋਣੇ, ਤੇ ਇਹਨਾਂ ਨੇ ਸੋਚਿਆ ਵੀ ਮੈਂ ਤਾਂ ਬੱਚਤ ਕਰਦਾ ਨਹੀਂ ਤੇ ਮੈਂ ਫੋਨ ਕਰਕੇ ਕੀ ਦੱਸੂੰਗਾ ਵੀ ਮੈਂ ਕਿਵੇਂ ਬੱਚਤ ਕਰਦਾ ਆ, ਹਨਾ। ਅੱਛਾ, ਸਾਰੇ ਕਾਲਰਸ ਨੇ ਮੈਨੂੰ ਦੱਸਿਆ ਇਹ, ਮੈਨੂੰ ਬਹੁਤ ਵਧੀਆ ਪੁਆਇੰਟਸ ਲੱਗੇ ਕਿ ਜਦੋਂ ਆਪਾਂ ਜਿੱਦਾਂ ਸਾਗ ਧੋਈਦਾ ਆ ਜਾਂ ਫਿਰ ਜਿਹੜੇ ਫਰੂਟਸ ਧੋਈਦੇ ਜੀ ਤੇ ਉਹਦੇ ਵਿੱਚ ਆਪਾਂ ਕੀ ਕਰਦੇ, ਉਹੀ ਪਾਣੀ ਨੂੰ ਆਪਾਂ ਰੀਸਾਈਕਲ ਕਿਵੇਂ ਕਰ ਲਈਦਾ ਆ, ਉਹਨੂੰ ਆਪਾਂ ਜਿਹੜੇ ਪੈਲੀਆਂ ਦੇ ਵਿੱਚ ਡੋਲ ਦੀਦਾ ਆ ਜਾਂ ਫਿਰ ਕੋਈ ਚੀਜ਼ ਧੋਣੀ ਹੈ, ਕੋਈ ਹੋਰ ਚੀਜ਼, ਕੋਈ ਚੀਜ਼ ਵਾਸ਼ ਕਰਨੀ, ਉਹਦੇ ਵਿੱਚ ਆਪਾਂ ਯੂਜ਼ ਕਰ ਸਕਦੇ ਹਾਂ, ਰਾਈਟ। ਹੋਰ ਮੈਨੂੰ ਕਾਲਰ ਨੇ ਦੱਸਿਆ ਵੀ ਜਿਹੜਾ ਉਹ ਟੈਪ ਹੈ ਉਹਦਾ ਜਿਹੜਾ ਵਾਟਰ ਜਿਹੜਾ ਪਾਣੀ ਜਿਹੜਾ ਨਿਕਲਦਾ ਆ ਉਹਨੂੰ ਆਪਾਂ ਥੋੜ੍ਹਾ ਘੱਟ ਕਰ ਸਕਦੇ ਉਹਦੀ ਕਪੈਸਿਟੀ ਨੂੰ, ਤਾਂ ਕਿ ਹੋਊਗਾ ਬਾਹਰ ਹੀ ਡੁੱਲਦਾ ਹੈ, ਜਿਹੜਾ ਐਕਸਟਰਾ ਪਾਣੀ ਹੋਊਗਾ ਉਹ ਬਾਹਰ ਡੁੱਲੇਗਾ, ਛਿੱਟਾਂ ਪੈਣਗੀਆਂ, ਉਹਨੂੰ ਘੱਟ ਕਰਾਂਗੇ ਤਾਂ ਵੀ ਭਾਂਡੇ ਤਾਂ ਸਾਡੇ ਧੁੱਪ ਜਾਣਗੇ, ਕੱਪੜੇ ਵੀ ਧੁੱਪ ਜਾਣਗੇ ਜੀ, ਹੈ ਨਾ। ਦੂਜਾ ਸਾਨੂੰ ਕਾਲਜ ਨੇ ਦੱਸਿਆ ਵੀ ਜਿਹੜਾ ਆਪਾਂ ਗੱਡੀਆਂ ਲੈ ਕੇ ਜਾਈਦਾ ਆ ਹਰ ਪਾਸੇ, ਭਾਵੇਂ ਕੋਲ ਜਾਓ ਭਾਵੇਂ ਦੂਰ ਜਾਓ, ਗੱਡੀਆਂ ਲੈ ਕੇ ਕੋਈ ਜ਼ਿਆਦਾ ਨਹੀਂ ਚੱਲਣ ਲੱਗ ਪਿਆ ਆਪਾਂ, ਪੈਦਲ ਚੱਲਣਾ ਤਾਂ ਆਪਾਂ ਭੁੱਲ ਹੀ ਗਏ ਹਾਂ, ਅਤੇ ਉਹ ਵੀ ਫਿਊਲ ਦੀ ਬੱਚਤ ਤਾਂ ਹੋ ਸਕਦੀ ਜੇ ਤੁਸੀਂ ਬਾਈਸਾਈਕਲ ਚਲਾਓ। ਬਾਕੀ ਕਾਲਜ ਨੂੰ ਆਪਾਂ ਪੁੱਛਾਂਗੇ, ਬਟ ਇੱਕ ਛੋਟੇ ਜਿਹੇ ਪਿਆਰੇ ਜਿਹੇ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ। ਗੱਲਾਂ ਕਰ ਰਹੀ ਸੀਗੀ ਜੀ ਗੁਲਾਬੋ ਬੱਚਤ ਦੀਆਂ, ਆ ਜਿਹੜੀਆਂ ਸਾਡੇ ਕੁਦਰਤੀ ਪਦਾਰਥ ਨੇ ਉਹਨਾਂ ਨੂੰ ਕਿੰਨਾ ਕੁ ਤੁਸੀਂ ਬਚਾ ਰਹੇ ਹੋ, ਕਿੰਨਾ ਕੁ ਯੂਜ਼ ਕਰ ਰਹੇ ਹੋ ਅਤੇ ਕਿੰਨਾ ਕੁ ਮਿਸਯੂਜ਼ ਕਰ ਰਹੇ ਹੋ। ਯੂਜ਼ ਕੋਈ ਵੀ ਚੀਜ਼ ਹੋਏ, ਯੂਜ਼ ਹੋਏ, ਯੂਟੀਲਾਈਜ਼ ਹੋਏ, ਉਹਦਾ ਕੋਈ ਦੁੱਖ ਨਹੀਂ ਹੈਗਾ, ਪਰ ਜਿੱਦਾਂ ਹੀ ਉਹ ਚੀਜ਼ ਵੇਸਟ ਹੁੰਦੀ ਆ ਨਾ ਗੁਲਾਬੋ ਦਾ ਨਾ ਜਿਹੜਾ ਦਿਮਾਗ ਹੈ ਨਾ ਉਹ ਖਰਾਬ ਹੋ ਜਾਂਦਾ, ਫਿਰ ਉਹ ਆਈ ਆ ਜੇ ਇਹੀ ਗੱਲਾਂ ਕਰਨ ਵੀ ਤੁਸੀਂ ਦੱਸੋ ਕਿਉਂ ਨਹੀਂ ਬਚਾਉਂਦੇ ਚੀਜ਼ਾਂ ਨੂੰ। ਹੁਣ ਮੈਨੂੰ ਇੱਕ ਅੰਕਲ ਜੀ ਨੇ ਦੱਸਿਆ ਵੀ ਜੇ ਆਪਾਂ ਕਿਸੇ ਨੂੰ ਆਹ ਚੀਜ਼ਾਂ ਬਚਾਉਣ ਤੋਂ ਰੋਕਦੇ ਹਾਂ ਨਾ, ਜਿੱਦਾਂ ਆਪਾਂ ਤਾਂ ਚਲੋ ਬਚਾ ਲਈਆਂ ਇਹ ਚੀਜ਼ਾਂ, ਹੁਣ ਜੇ ਦੂਸਰੇ ਬੰਦੇ ਨੂੰ ਕਹੀਏ ਨਾ ਵੀ ਭਰਾਵਾ ਤੂੰ ਇਹ ਚੀਜ਼ਾਂ ਬਚਾ, ਉਹਨੂੰ ਬੁਰਾ ਲੱਗਦਾ ਆ। ਗੱਲ ਤਾਂ ਤੁਹਾਡੀ ਸਹੀ ਆ, ਉਹਨੂੰ ਬੁਰਾ ਲੱਗਦਾ, ਪਰ ਉਹਦੀ ਆਪਣੀ ਸਮਝ ਵੀ ਤਾਂ ਹੋਣੀ ਚਾਹੀਦੀ ਆ ਵੀ ਆਹ ਸਾਡੇ ਨੈਚੁਰਲ ਰਿਸੋਰਸਿਸ ਨੇ, ਕੁਦਰਤੀ ਪਦਾਰਥ ਨੇ, ਇਹਨਾਂ ਨੂੰ ਬਚਾਵਾਂਗੇ ਤਾਂ ਸਾਡਾ ਹੀ ਫਾਇਦਾ ਆ, ਸਾਡੀ ਅਗਲੀ ਜਨਰੇਸ਼ਨ ਦਾ ਹੀ ਫਾਇਦਾ ਆ। ਅਗਲੇ ਕਾਲਰ ਨੂੰ ਪੁੱਛਦੇ ਹਾਂ ਜੀ ਉਹ ਕੀ ਕਰਦੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਮੈਂ ਸੁਰਿੰਦਰ ਸਿੰਘ ਬੋਲਦਾ, ਟ੍ਰਿਸੀ ਕੈਲੀਫੋਰਨੀਆ ਤੋਂ ਜੀ। ਓਕੇ ਜੀ, ਤੇ ਕੀ ਕਹਿਣਾ ਚਾਹੋਗੇ ਅੱਜ ਟੌਪਿਕ ਬਾਰੇ? ਟੌਪਿਕ ਬਾਰੇ ਤਾਂ ਕੀ ਟੌਪਿਕ ਚੱਲ ਰਿਹਾ ਜੀ? ਟੌਪਿਕ ਇਹ ਆ ਵੀ ਜਿਹੜੇ ਸਾਡੇ ਕੁਦਰਤੀ ਪਦਾਰਥ ਨੇ, ਹਨਾ, ਉਹਨਾਂ ਨੂੰ ਆਪਾਂ ਕਿਤੇ ਨਾ ਕਿਤੇ ਵੇਸਟ ਕਰ ਰਹੇ ਹਾਂ, ਇਸਤੇਮਾਲ ਤੇ ਜਿੰਨਾ ਕੁ ਕਰ ਹੀ ਰਹੇ ਹਾਂ ਪਰ ਉਹਨੂੰ ਵੇਸਟ ਜ਼ਿਆਦਾ ਕਰ ਰਹੇ, ਜਿੱਦਾਂ ਪਾਣੀ ਹੋ ਗਿਆ, ਫਿਊਲ ਹੋ ਗਿਆ, ਪੇਪਰ ਹੋ ਗਿਆ, ਕੋਈ ਵੀ ਐਸੀ ਚੀਜ਼ ਆ ਕਿਤੇ ਨਾ ਕਿਤੇ ਨਾ ਨੀ, ਉਹ ਤਾਂ ਆਪਾਂ ਫਨਾਹ ਕਰ ਦਿੱਤੇ ਆ, ਉਹਨਾਂ ਚ ਆਪਾਂ ਨੂੰ ਕਦਰੇ ਨੀ, ਜਿਹੜੀਆਂ ਮੁੱਖ ਚੀਜ਼ਾਂ ਮਿਲੀਆਂ ਉਹ ਤਾਂ ਆਪਾਂ ਖਤਮ ਹੀ ਕਰਤੀਆਂ ਆ। ਬਿਲਕੁਲ, ਤੇ ਮੈਂ ਤੁਹਾਨੂੰ ਨਾ ਪੰਜਾਬ ਦੀਆਂ ਦੋ ਲਾਈਨਾਂ ਸੁਣਾਵਾਂ ਜੀ। ਜੀ ਬਿਲਕੁਲ ਸੁਣਾਓ ਜੀ। ਸਾਡਾ ਵਿਰਸਾ ਮਹਾਨ ਸੂਰਮੇ ਪੰਜਾਬੀਓ, ਕੁੱਲ ਦੁਨੀਆਂ ਤੇ ਸ਼ਾਨ ਸਾਡੀ ਹੈ ਨਵਾਬੀਓ, ਕਿਸ ਗੱਲੋਂ ਐਵੇਂ ਨਸ਼ੇ ਹੁਣ ਖਾਣ ਲੱਗ ਪਏ, ਮਾਂ ਬਾਪ ਦੀ ਕਮਾਈ ਹੈ ਉਡਾਣ ਲੱਗ ਪਏ, ਸਾਨੂੰ ਬੜਾ ਹੈ ਤੁਹਾਡੇ ਉੱਤੇ ਮਾਣ ਬੱਲਿਓ, ਤੁਸਾਂ ਸਾਂਭਣੀ ਹੈ ਦੇਸ਼ ਦੀ ਕਮਾਨ ਬੱਲਿਓ, ਕਿਉਂ ਮਾਰਦੇ ਸਰੀਰ ਵਾਲਾ ਨਾਸ ਆਪਣਾ, ਜਰਾ ਪੜ ਕੇ ਹੈ ਦੇਖੋ ਇਤਿਹਾਸ ਆਪਣਾ, ਕਈ ਵਾਰ ਬੈਰੀਆਂ ਨੇ ਲੁੱਟਿਆ ਪੰਜਾਬ ਨੂੰ, ਹੁਣ ਨਸ਼ਿਆਂ ਪਲੀਤ ਕੀਤਾ ਪੰਜਾਬ ਨੂੰ, ਮੇਰਾ ਰੰਗਲਾ ਪੰਜਾਬ ਜਾਵੇ ਨਾ ਪਛਾਣਿਆ, ਹੱਥੀਂ ਡੋਬ ਦਿੱਤੀ ਬੇੜੀ ਆਪਣੇ ਮਹਾਣਿਆ, ਕਹਿਣਾ ਇੱਕ ਮੇਰਾ ਮੰਨਿਓ ਜ਼ਰੂਰ ਬੱਚਿਓ, ਤੁਸੀਂ ਨਸ਼ਿਆਂ ਤੋਂ ਰਹਿਣਾ ਹੁਣ ਦੂਰ ਬੱਚਿਓ, ਕੰਮ ਕਰਦੇ ਨਾ ਸੰਗੋ ਹੱਥਾਂ ਨਾਲ ਆਪਣਾ, ਕਰੀਏ ਪੰਜਾਬ ਖੁਸ਼ਹਾਲ ਆਪਣਾ, ਗੁਲਾਬੋ ਜੀ ਕਰੀਏ ਪੰਜਾਬ ਖੁਸ਼ਹਾਲ ਆਪਣਾ। ਵਾਹ 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 ਜੀ, ਕਿਆ ਬਾਤਾਂ ਨੇ, ਕਿਆ ਬਾਤਾਂ ਨੇ, ਬਹੁਤ ਵਧੀਆ ਸ਼ਬਦਾਂ ਦੇ ਵਿੱਚ ਜਿਹੜੀਆਂ ਤੁਸੀਂ ਸਿੰਪਲ ਜਿਹੀਆਂ ਗੱਲਾਂ ਸਾਨੂੰ ਇੰਨੀਆਂ ਡੂੰਘੀਆਂ ਗੱਲਾਂ ਕਹਿ ਜਾਂਦੇ ਹੋ ਨਾ, ਇਹ ਸਮਝ ਸਾਰਿਆਂ ਨੂੰ ਲੱਗ ਜਾਂਦੀ ਹੈ, ਪਰ ਕੋਈ ਅਮਲ ਕੋਈ ਕੋਈ ਕਰਦਾ ਇਹਦੇ ਤੇ, ਹਨਾ? ਅਮਲ ਨਹੀਂ ਕਰਦਾ ਜੀ, ਆਪਾਂ ਤਾਂ ਬੇੜਾ ਕਰ ਕਰਤਾ, ਦਰਖਤ ਅਸੀਂ ਕੋਈ ਨਹੀਂ ਛੱਡਿਆ, ਪਾਣੀ ਅਸੀਂ ਨਹੀਂ ਸਾਂਭਿਆ, ਕੋਈ ਕੁਦਰਤ ਦੀਆਂ ਦੇਣਾ ਅਸੀਂ ਨਹੀਂ ਸਾਂਭੀਆਂ। ਪਰ ਮੈਨੂੰ ਲੱਗਦਾ ਤੁਹਾਡਾ ਜਿਹੜਾ ਤੁਸੀਂ ਮੈਨੂੰ ਗੀਤ ਸੁਣਾਇਆ ਇਹਨੂੰ ਸੁਣ ਕੇ ਕਾਫੀਆਂ ਨੂੰ ਸ਼ਰਮ ਆਈ ਹੋਏਗੀ, ਤਾਂ ਉਹ ਜਿਹੜੇ ਨਸ਼ਿਆਂ ਤੋਂ ਦੂਰ ਰਹਿਣਗੇ ਤੇ ਆਪਣੇ ਮਾਂ ਪਿਓ ਦੀ ਜਿਹੜੀ ਕਮਾਈ ਉਹਨੂੰ ਵੇਸਟ ਨਹੀਂ ਕਰਨਗੇ। ਅਗਲੇ ਕਾਲਰ ਰੈਡੀ ਨੇ ਜੀ, ਉਹਨਾਂ ਨੂੰ ਪੁੱਛੀਏ ਵੀ ਉਹ ਜਿਹੜੇ ਨੈਚੁਰਲ ਰਿਸੋਰਸਿਸ ਨੇ ਉਹਨਾਂ ਨੂੰ ਕਿਵੇਂ ਬਚਾਉਂਦੇ ਨੇ। ਹੈਲੋ, ਸਤਿ ਸ਼੍ਰੀ ਅਕਾਲ,
ਕਹਿਣਾ ਚਾਹੁੰਦਾ ਸੀ ਵੀ ਜਿਹੜੀ ਅੱਜ ਕੱਲ੍ਹ ਦੁਨੀਆ ਹੈਗੀ ਆ ਉਹ ਮੈਂ ਤੇ ਫੋਕਸ ਹੋ ਰਹੀ ਹੈ ਰਾਈਟ ਜੀ, ਉਹ ਮੇਰੇ ਖਿਆਲ ਕਾਫੀ ਪ੍ਰੋਬਲਮਾਂ ਖੜੀਆਂ ਹੋ ਰਹੀਆਂ ਉਹਦੇ ਨਾਲ। ਹੁਣ ਜਿਹੜਾ ਆਪਣੇ ਜਿਹੜੇ ਬੱਚਿਆਂ ਦੀ ਫੈਮਿਲੀ ਸੋਸ਼ਲ ਰਿਲੀਜੀਅਸ ਸੈਂਸ ਉਹ ਸਿਸਟੇਮੈਟਿਕਲੀ ਖਤਮ ਆਪਾਂ ਕਰ ਰਹੇ ਹਾਂ ਰਾਈਟ ਜੀ, ਉਹ ਮੇਰੇ ਖਿਆਲ ਬੇਸ ਹੈਗਾ ਆਪਣੇ ਚਾਹੇ ਆਪਣੇ ਹੁਣ ਜਿਵੇਂ ਸਿੱਖਿਜ਼ਮ ਹੈਗਾ ਉਹ ਇਸ ਬੇਸ ਪੋਨ ਵੀ ਜਿਹੜੀ ਫੈਮਿਲੀ ਐਂਡ ਸੋਸ਼ਲ ਸੈਂਸ ਇਸ ਟੇਕ ਅਸ ਕਲੋਜ਼ ਟੂ ਹਿਊਮੈਨਿਟੀ ਮਦਰ ਨੇਚਰ ਗੋਡ ਮੀਨਸ ਵੀ ਕੈਨ ਹੈਵ ਪੀਸਫੁਲ ਵਰਲਡ ਰਾਈਟ। ਵੀ ਮੇਰੇ ਖਿਆਲ ਜਿਹੜੀ ਫੈਮਿਲੀ ਸੈਂਸ ਉਹ ਕਾਫੀ ਕੁਛ ਨਾ ਜਿਹੜੀਆਂ 95% ਜਿਹੜੀਆਂ ਦੁਨੀਆਂ ਦੀਆਂ ਪ੍ਰੋਬਲਮਾਂ ਉਹ ਜੇ ਆਪਾਂ ਫੈਮਿਲੀ ਸੋਸ਼ਲ ਸੈਂਸ ਦੇਈਏ ਜਵਾਕਾਂ ਨੂੰ ਆਪਣੀਆਂ ਸੋਲਵ ਹੋ ਸਕਦੀ। ਉਹ ਜਿਹੜੇ ਅੱਜ ਕੱਲ੍ਹ ਜਿਹੜੇ ਜਵਾਕ ਹੈਗੇ ਹੁਣ ਉਹ ਫੂਡ ਵੀ ਬਹੁਤ ਵੇਸਟ ਕਰਦੇ ਆ, ਉਹਨਾਂ ਨੇ ਬਸ ਥੋੜ੍ਹਾ ਜਿਹਾ ਖਾਣਾ ਆਪਾਂ ਰੈਸਟੋਰੈਂਟ ਜਾਂਦੇ ਹਾਂ, ਜਦੋਂ ਰੈਸਟੋਰੈਂਟ ਜਾਂਦੇ ਹਾਂ ਤਾਂ ਤੁਸੀਂ ਨੋਟਿਸ ਕਰਿਓ ਵੀ ਆਪਾਂ ਕਿੰਨਾ ਫੂਡ ਖਾ ਰਹੇ ਹਾਂ ਅਤੇ ਕਿੰਨਾ ਵੇਸਟ ਕਰ ਰਹੇ ਹਾਂ। ਜੇ ਔਡਰ ਆਪਾਂ ਓਨਾ ਕੀ ਕਰੀਏ ਜਿੰਨਾ ਕੁ ਖਾਣਾ ਆ, ਕਿਉਂਕਿ ਦੇਖੋ ਕਈ ਐਸੇ ਨੇ ਜਿਨ੍ਹਾਂ ਨੂੰ ਰੋਟੀ ਤੱਕ ਨਹੀਂ ਮਿਲਦੀ ਅਤੇ ਕਈ ਐਸੇ ਸਾਡੇ ਵਰਗੇ ਨੇ ਜਿਹੜੇ ਵੇਸਟ ਕਰ ਰਹੇ ਨੇ ਉਸ ਚੀਜ਼ ਨੂੰ, ਜੋ ਕਿ ਬਹੁਤ ਗਲਤ ਆ। ਹਾਂਜੀ, ਹੁਣ ਘਰੇ ਜਾਈਦਾ ਕਈ ਵੀ ਗਰਬ ਪਹਿਲਾਂ ਫਰੋੜੀ ਦਾ ਜਵਾਕਾਂ ਦਾ ਫੂਡ ਕੀ ਸਿੱਟਿਆ ਹੋਇਆ, ਜਿਹੜੀ ਚੀਜ਼ ਰੀਸਾਈਕਲ ਚ ਉਹ ਰੀਸਾਈਕਲ ਜਾਣੀ ਚਾਹੀਦੀ ਜਵਾਕ ਦੇ ਵੀ ਉਹ ਮੈਂ ਤੇ ਅੱਜ ਕੱਲ੍ਹ ਫੋਕਸ ਹੋ ਰਹੀ ਮੈਂ ਮੇਰੇ ਖਿਆਲ ਕਾਫੀ ਪ੍ਰੋਬਲਮ ਦੁਨੀਆਂ ਦੇ ਵਿੱਚ ਖੜੀਆਂ ਹੋ ਰਹੀਆਂ। ਓਕੇ, ਤੁਸੀਂ ਚਾਹੁੰਦੇ ਹੋ ਵੀ ਰੀਸਾਈਕਲਿੰਗ ਦੇ ਵੱਲ ਆਪਾਂ ਤੁਰੀਏ, ਹਨਾ? ਮੈਂ ਕਹਿੰਦਾ ਜਿਹੜੀ ਮੈਰਿਜ ਆ ਉਹ ਬੇਸ ਹੈਗਾ ਆਪਣੇ ਸੋਸ਼ਲ, ਉਹਦੇ ਤੇ ਵੀ ਸਾਨੂੰ ਵੱਧ ਤੋਂ ਵੱਧ ਗੱਲ ਕਰਨੀ ਚਾਹੀਦੀ ਵੀ ਜਿਹੜਾ ਆਪਾਂ ਜੋਕਨ ਅੱਜ ਕੱਲ੍ਹ ਪਰੋਸ ਰਹੇ ਹਾਂ ਓਕੇ ਕੀ ਉਹ ਰੋਟੀ ਆ ਖਾਣਾ ਆ ਉਹਨੂੰ ਆਪਾਂ ਜਿੰਨਾ ਕੁ ਵੇਸਟ ਕਰ ਰਹੇ ਹੋ, ਇਹ ਦੇਖੀਏ ਵੀ ਜਿਹੜੀ ਵੇਸਟੇਜ ਹੈ ਉਹ ਕਿਸੇ ਲਈ ਯੂਜ ਹੋ ਸਕਦੀ। ਸਾਡੀ ਜਿਹੜੀ ਵੇਸਟੇਜ ਹੈ ਜਿੰਨਾ ਆਪਾਂ ਖਾਣਾ ਬਚਾ ਰਹੇ ਹੋ, ਕਿਸੇ ਦੀ ਦੋ ਢੰਗ ਦੀ ਰੋਟੀ ਹੁੰਦੀ ਆ, ਤੇ ਇਹਦੇ ਵੱਲ ਆਪਾਂ ਥੋੜਾ ਜਿਹਾ ਧਿਆਨ ਦਈਏ। ਅਗਲੇ ਕਾਲਰ ਨੂੰ ਪੁੱਛਦੇ ਹਾਂ ਜੀ। ਹੈਲੋ 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 ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂ ਮੈਂ ਟੋਰਾਂਟੋ ਤੋਂ ਬੋਲ ਰਿਹਾ ਜੀ। ਓਕੇ, ਕੀ ਨਾਮ ਤੁਹਾਡਾ? ਮੇਰਾ ਨਾਮ ਵਿਕਰਮ ਆ ਜੀ। ਓਕੇ ਵਿਕਰਮ ਜੀ, ਕੀ ਕਹਿਣਾ ਚਾਹੋਗੇ ਇਸ ਟੌਪਿਕ ਬਾਰੇ? ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਬਹੁਤ ਵਧੀਆ ਨੇ, ਇਹ ਜਿੰਨਾ ਕੁ ਆਪਾਂ ਜਿੰਨੀ ਕੁ ਲੋੜ ਆ ਉਨੀ ਕੁ ਚੀਜ਼ ਨੂੰ ਵਰਤੀਏ। ਬਿਲਕੁਲ ਜੀ ਬਿਲਕੁਲ, ਤੇ ਤੁਸੀਂ ਆਪਣੇ ਲੈਵਲ ਤੇ ਤੋਂ ਮਗਰੋਂ ਆਪਣੇ ਲੈਵਲ ਤੇ ਮੈਂ ਇਹ ਕਹਿਣਾ ਚਾਹੁੰਦਾ ਜੀ ਜੀ ਬਈ ਜਿਹੜਾ ਬਾਹਲਾ ਹੀ ਕੰਜੂਸ ਬਣਾ ਉਹ ਤਾਂ ਮਾੜਾ, ਬਈ ਹੁਣ ਪਾਣੀ ਬਿਨਾਂ ਡੋਲੋ ਜਿਹੜਾ ਪਾਣੀ ਸਾਗ ਤੋਂ ਲਿਆ ਵੀ ਉਧਰ ਉਹ ਇੰਨਾ ਕੁਝ ਤਾਂ ਨਹੀਂ ਹੋਣਾ। ਬਿਲਕੁਲ ਹਾਂ, ਬਈ ਜਿਹੜਾ ਆਮ ਸਰਦਾ ਤਾਂ ਸਾਰੋ ਹਾਂ ਜੀ, ਕੰਜੂਸੀ ਤੇ ਬਚਤ ਦੇ ਵਿੱਚ ਬਹੁਤ ਫਰਕ ਹੈ ਜੀ। ਇੱਕ ਹਲਕਾ ਜਿਹਾ ਪਰਦਾ ਆ, ਅੱਜ ਕੱਲ੍ਹ ਦੇ ਬੱਚੇ ਉਹੀ ਨਹੀਂ ਸਮਝ ਪਾ ਰਹੇ, ਜਿਹਨਾਂ ਨੂੰ ਆਪਾਂ ਬਚਤ ਲਈ ਕਹਿੰਦੇ ਆ ਨਾ ਉਹਨਾਂ ਨੂੰ ਲੱਗਦਾ ਵੀ ਆਪਾਂ ਕੰਜੂਸੀ ਵੱਲ ਤੁਰ ਰਹੇ ਹਾਂ, ਹਨਾ? ਆਹੀ ਹਲਕਾ ਜਿਹਾ ਫਰਕ ਹੈ ਜਿਹੜੇ ਕਿ ਸਾਡੇ ਵੱਡੇ ਸਮਝਦੇ। ਪਰ ਜਿਹੜੇ ਹੁਣ ਆਪਾਂ ਵੱਡੇ ਆ ਉਹਨਾਂ ਨੂੰ ਤਾਂ ਪਤਾ ਹੀ ਹੋਵੇ ਇੰਨੇ ਕੁ ਬਿਨਾਂ ਸਰਨਾ ਵੀ ਨਹੀਂ, ਉਹਨਾਂ ਕੋਲ ਥੋੜਾ ਜਿਹਾ ਮੌਜ ਮਸਤੀ ਦੀ ਉਮਰ ਤੇ ਵਿੱਚ ਬੇਟਾ ਚਾਹੀਦੀ ਆ, ਵੀ ਆਏ ਹੁਣ ਜੇ ਉਹੀ ਕੰਜੂਸੀਆਂ ਕਰ ਕਰਕੇ ਮਰ ਜੇ ਫਿਰ ਤਾਂ ਜੰਮਣ ਦਾ ਹੀ ਨਹੀਂ ਪੈਦਾ। ਬਿਲਕੁਲ ਤੁਹਾਡੀ ਗੱਲ ਸਹੀ ਆ, ਵੀ ਕੰਜੂਸੀ ਨਹੀਂ ਕਰਨੀ ਪਰ ਬਚਤ ਜ਼ਰੂਰ ਕਰਨੀ ਆ। ਥੈਂਕ ਯੂ ਸੋ ਮਚ ਜੀ, ਤੁਸੀਂ ਇਹ ਗੱਲ ਠੀਕ ਆ ਜੀ। ਹਵਾ ਪਾਣੀ ਨੂੰ ਸਾਫ਼ ਰੱਖੋ, ਧਰਤੀ ਨੂੰ ਸਾਫ਼ ਰੱਖੋ, ਇਹ ਕੰਜੂਸੀ ਰੱਖੋ, ਬਾਕੀ ਦਾ ਖਾਣਾ ਪੀਣਾ ਤਾਂ ਹੈ ਹੀ। ਥੈਂਕ ਯੂ ਸੋ ਮਚ ਜੀ, ਤੁਸੀਂ ਖਾਓ ਪੀਓ ਐਸ਼ ਕਰੋ ਬਟ ਵੇਸਟ ਨਾ ਕਰੋ। ਤੁਸੀਂ ਸਾਡੇ ਟੌਪਿਕ ਨੂੰ ਇੰਨਾ ਵਧੀਆ ਤਰ੍ਹਾਂ ਜਿਹੜਾ ਸੁਜੈਸ਼ਨ ਆ ਉਹ ਦਿੱਤੀ ਆ, ਉਹਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ। ਅਗਲੇ ਕਾਲਰ ਨੂੰ ਪੁੱਛਦੇ ਹਾਂ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਅਸੀਂ ਵੀਰਪੈਕ ਤੋਂ ਬੋਲਦੇ ਜੀ। ਓਕੇ, ਕੀ ਨਾਮ ਤੁਹਾਡਾ? ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ। ਓਕੇ, ਕੀ ਕਹਿਣਾ ਚਾਹੋਗੇ? ਮੈਂ ਇਹ ਆਪਣੇ ਇੱਕ ਫੂਡ ਦੇ ਉੱਤੇ ਜਿਹੜੀ ਵੇਸਟਿੰਗ ਜ਼ਿਆਦਾ ਹੋ ਰਹੀ ਹੈ, ਮੈਂ ਇਹਦੇ ਬਾਰੇ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ। ਬਿਲਕੁਲ ਬਿਲਕੁਲ ਜੀ, ਜਿਵੇਂ ਆਪਾਂ ਇੰਡੀਆ ਦੇ ਵਿੱਚ ਹੀ ਰੱਖ ਲਓ ਵਿਆਹਾਂ ਸ਼ਾਦੀਆਂ ਦੇ ਉੱਤੇ ਇੰਨੀ ਫੂਡ ਦੀ ਦੁਰਦਸ਼ਾ ਹੋ ਰਹੀ ਆ ਜੀ। ਬਿਲਕੁਲ, ਹਾਲਾਂਕਿ ਓਨੀ ਇਨਸਾਨ ਨੂੰ ਲੋੜ ਨਹੀਂ ਹੁੰਦੀ ਜੀ ਨਾ। ਇਹਦੇ ਬਾਰੇ ਆਪਾਂ ਨੂੰ ਕੋਈ ਨਾ ਸੋਚਣਾ ਚਾਹੀਦਾ, ਕਿਉਂਕਿ ਜੇ ਆਪਾਂ ਸਾਰੇ ਰਲ ਕੇ ਸੋਚਾਂਗੇ ਤਾਂ ਮੇਰਾ ਕਹਿੰਦਾ ਉਹਦਾ ਹੱਲ ਨਿਕਲ ਸਕਦਾ। ਬਿਲਕੁਲ ਬਿਲਕੁਲ, ਅੱਜ ਕੱਲ੍ਹ ਨਾ ਦੌੜ ਲੱਗੀ ਹੋਈ ਹੈ ਵੀ ਵਿਆਹਾਂ ਵਿੱਚ ਨਾ ਮਤਲਬ ਵੱਧ ਤੋਂ ਵੱਧ ਰੋਟੀ ਰੱਖ ਦਈਏ, ਭਾਵੇਂ ਬਰਾਤ ਜਿੰਨੀ ਮਰਜ਼ੀ ਹੋਏਗੀ ਤੁਸੀਂ ਆਪਣੀ ਟੌਰ ਵਿਖਾਉਣ ਲਈ ਜਿੰਨੀ ਮਰਜ਼ੀ ਵੱਧ ਤੋਂ ਵੱਧ ਰੋਟੀ ਰੱਖ ਦੇਣੀ ਆ, ਫਿਰ ਸਾਰਿਆਂ ਨੇ ਕੀ ਕਰਨਾ ਪਲੇਟ ਭਰ ਭਰ ਕੇ ਰੋਟੀ ਖਾਣੀ ਆ। ਖਾਣੀ ਨਹੀਂ ਹੈਗੀ, ਬਸ ਉਹ ਫੁਲਕੇ ਬਾਹਰ ਨੂੰ ਡੁੱਲਣ ਦੇ ਹੋਣਗੇ, ਦਾਲ ਇੱਧਰ ਨੂੰ ਡੁੱਲਣ ਦੀ ਹੋਣਗੀ, ਪਰ ਲੈ ਲੈਣੀ ਚੀਜ਼ ਕਿਉਂਕਿ ਫ੍ਰੀ 'ਚ ਹੈ ਨਾ। ਖਾਣਾ ਤਾਂ ਐਕਚੁਲੀ 400 ਜਾਂ 500 ਗ੍ਰਾਮ ਹੀ ਹੁੰਦਾ ਬੰਦੇ ਇਨਸਾਨ ਨੇ ਰਾਈਟ, ਇਨਸਾਨ ਦੀ ਕਪੈਸਿਟੀ। ਬਿਲਕੁਲ, ਤੇ ਬਾਕੀ ਜਿਹੜੇ ਹੁਣ ਇੰਨੀਆਂ ਸਟਾਲ ਲਾ ਦਿੱਤੀਆਂ ਜਾਂਦੀਆਂ ਜਿਹੜੀ ਫਿਊਲ ਜਿਹੜੀ ਕਿ ਇਨਸਾਨ ਵਰਤਦਾ ਵੀ ਨਹੀਂ ਉਹਨਾਂ ਨੂੰ, ਤੇ ਇੰਨਾ ਯਾੜਾ ਤੇ ਨਾਲੇ ਪੈਸੇ ਦਾ ਜਿਹੜਾ ਨਾਲੇ ਫੂਡ ਦਾ ਯਾੜਾ ਰਾਈਟ। ਬਿਲਕੁਲ ਬਿਲਕੁਲ, ਫੂਡ ਨੂੰ ਮੇਰਾ ਖਿਆਲ ਵੀ ਹੋਰ ਇਨਸਾਨ ਨੂੰ ਜੇ ਆਪਾਂ ਚਲੋ
ਜੇ ਆਪਾਂ ਹੋਰ ਨੂੰ ਬਣਾ ਦਈਏ ਤਾਂ ਘੱਟੋ ਘੱਟ ਆਪਦੇ ਲਈ ਤਾਂ ਸੇਵ ਕਰ ਸਕਦੇ ਨਾ। ਬਿਲਕੁਲ ਬਿਲਕੁਲ ਬਿਲਕੁਲ, ਪਰ ਇਹ ਗੱਲਾਂ ਨਹੀਂ ਹੈਗੀਆਂ। ਹੁਣ ਜਿੱਦਾਂ ਸਾਡੇ ਲਾਸਟ ਕਾਲਰ ਨੇ ਦੱਸਿਆ ਸੀਗਾ ਵੀ ਆਪਾਂ ਜਦੋਂ ਰੈਸਟੋਰੈਂਟਸ 'ਚ ਜਾਂਦੇ ਹਾਂ ਜਾਂ ਹੁਣ ਤੁਸੀਂ ਦੱਸ ਰਹੇ ਵੀ ਵਿਆਹਾਂ 'ਚ ਜਾਂਦੇ ਹਾਂ ਅਤੇ ਕੀ ਕਰਦੇ ਹਾਂ, ਜਿੰਨਾ ਮਰਜ਼ੀ ਆਪਾਂ ਔਡਰ ਕਰ ਦਈਏ ਉਹਨਾਂ ਖਾਧਾ ਨਹੀਂ ਜਾਂਦਾ। ਆਪਾਂ ਹਮੇਸ਼ਾ ਆਰਡਰ ਤਾਂ ਆਪਾਂ ਨੂੰ ਸੋਚ ਕੇ ਕਰਨਾ ਚਾਹੀਦਾ ਵੀ ਅਸੀਂ ਕੀ ਖਾਣਾ ਕੀ ਨਹੀਂ ਖਾਣਾ ਗਾ। ਬਿਲਕੁਲ, ਕਿਉਂਕਿ ਜਿਹੜਾ ਬਚਦਾ ਹੈ ਉਹ ਫਿਰ ਆਪਣੀ ਟੌਰ ਵਾਸਤੇ ਆਪਾਂ ਪੈਕ ਵੀ ਨਹੀਂ ਕਰਾਈਦਾ। ਟੌਰ ਤਾਂ ਵੱਖਰੀ ਅਸੀਂ ਕਰਦਾ, ਅਸੀਂ ਆਪਦਾ ਜਿਹੜਾ ਆਪ ਕਰਦੇ, ਟੌਰ ਤਾਂ ਵੱਖ ਬਾਅਦ ਹੀ ਆ ਜਾਂਦੀ ਨਾ, ਪਹਿਲਾਂ ਅਸੀਂ ਸੋਚੀਏ ਵੀ ਇਹ ਵਰਤਿਆ ਜਾਊ ਜਾਂ ਨਹੀਂ ਵਰਤਿਆ ਜਾਊਗਾ। ਬਿਲਕੁਲ ਬਿਲਕੁਲ ਬਿਲਕੁਲ, ਥੈਂਕ ਯੂ, ਥੈਂਕ ਯੂ ਸੋ ਮਚ ਜੀ। ਬਹੁਤ ਹੀ ਆਸਾਨ ਸ਼ਬਦਾਂ ਦੇ ਵਿੱਚ ਜਿਹੜਾ ਬਚਤ ਦਾ ਜਿਹੜਾ ਫੰਡਾ ਆ ਉਹਨੂੰ ਸਮਝਾਤਾ ਇਹਨਾਂ ਨੇ ਵੀ ਸਾਨੂੰ ਰੋਟੀ ਜਿਹੜੀ ਅੱਜ ਕੱਲ੍ਹ ਵਿਆਹਾਂ ਦੇ ਵਿੱਚ ਕੋਈ ਜ਼ਿਆਦਾ ਹੀ ਵੇਸਟ ਹੋ ਰਹੀ ਹੈ, ਇਹਦੇ ਵੱਲ ਵੀ ਆਪਾਂ ਧਿਆਨ ਨਹੀਂ ਦਿੱਤਾ। ਬਿਲਕੁਲ ਸਹੀ ਗੱਲ ਇਹਨਾਂ ਨੇ ਦੱਸੀ ਆ ਵੀ ਇੰਨੀ ਟੌਰ ਵਿਖਾਉਣ ਦੀ ਲੋੜ ਨਹੀਂ ਹੈਗੀ, ਜੇ ਤੁਹਾਨੂੰ ਪਤਾ ਆ ਵੀ ਉਹ ਜਿਹੜੇ ਨੈਚੁਰਲ ਰਿਸੋਰਸਿਸ ਨੇ ਜਾਂ ਜਿਹੜੀ ਰੋਟੀ ਆ ਉਹ ਤੁਸੀਂ ਗਰੀਬ ਨੂੰ ਖਵਾਓ ਤਾਂ ਜ਼ਿਆਦਾ ਵਧੀਆ ਆ, ਬਰਾਤੀਆਂ ਨੇ ਤਾਂ ਖਾ ਹੀ ਲੈਣੀ ਆ ਜਿੰਨੀ ਮਰਜ਼ੀ ਡੋਲੀ 'ਚੋ। ਹੈਲੋ, ਠੀਕ ਹੈ ਜੀ, ਇਹ ਕਾਲਰ ਸਾਡੇ ਨਾਲ ਪਿਆਰੀ ਜੀ ਗੱਲ ਕਰਕੇ ਕਨੈਕਸ਼ਨ ਜਿਹੜਾ ਆ ਟੁੱਟ ਗਿਆ ਆ, ਪਰ ਇਹਨਾਂ ਦੀ ਗੱਲ ਆਪਾਂ ਸਮਝ ਚੁੱਕੇ ਹਾਂ ਵੀ ਲਾਸਟ ਕਾਲਰ ਨੇ ਜਿੱਦਾਂ ਸਾਨੂੰ ਦੱਸਿਆ ਵੀ ਕੰਜੂਸੀ, ਲਾਸਟ ਟੂ ਲਾਸਟ ਕਾਲਰ ਨੇ ਦੱਸਿਆ ਵੀ ਕੰਜੂਸੀ ਨਹੀਂ ਆਪਾਂ ਕਹਿੰਦੇ ਸੀ, ਸਾਡਾ ਮਕਸਦ ਇਹ ਨਹੀਂ ਹੈਗਾ ਵੀ ਤੁਹਾਨੂੰ ਕਹੀਏ ਵੀ ਜੀ ਆਹ ਵੀ ਨਾ ਵਰਤੋ ਆਹ ਵੀ ਨਾ ਵਰਤੋ, ਕੰਜੂਸੀ ਕਰਨ ਦੀ ਲੋੜ ਨਹੀਂ ਹੈਗੀ। ਪਰ ਜਿਹੜੀ ਅੱਜ ਕੱਲ੍ਹ ਦੀ ਜਨਰੇਸ਼ਨ ਹੈ ਨਾ, ਜਿਹੜੀ ਨੈਕਸਟ ਜਨਰੇਸ਼ਨ ਆ, ਉਹ ਇਹ ਸੋਚਦੀ ਆ ਵੀ ਜਦੋਂ ਉਹਨਾਂ ਨੂੰ ਆਪਾਂ ਮਨਾ ਕਰਾਂਗੇ ਨਾ ਤਾਂ ਉਹ ਪੇਰੈਂਟਸ ਕਹਿ ਰਹੇ ਨੇ ਵੀ ਕੰਜੂਸੀ ਵਰਤ ਰਹੇ ਨੇ, ਇੱਦਾਂ ਦਾ ਕੁਛ ਨਹੀਂ ਹੈਗਾ। ਵਾਕਈ ਸਹੀ ਗੱਲ ਹੈ, ਜਦੋਂ ਹੌਲੀ ਹੌਲੀ ਜਦੋਂ ਰਿਸਪੋਂਸੀਬਿਲਿਟੀਜ਼ ਪੈਂਦੀਆਂ, ਜਦੋਂ ਮੈਚੋਰਿਟੀ ਆਉਂਦੀ ਹੈ, ਉਦੋਂ ਸਮਝ ਆਉਂਦਾ ਲੋਕਾਂ ਨੂੰ ਵੀ ਆਪਾਂ ਐਕਚੁਅਲੀ 'ਚ ਕੀ ਕਹਿ ਰਹੇ ਹਾਂ। ਅਤੇ ਮੈਂ ਚਾਹੁੰਦੀ ਹਾਂ ਹੁਣ ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ ਵੀ ਇੱਕ ਜਿਹੜਾ ਸੋਲਿਊਸ਼ਨ ਜਿਹੜਾ ਆਪਾਂ ਆਪਣੇ ਲੈਵਲ 'ਤੇ ਲੱਭਿਆ ਉਹ ਇਹ ਹੈ ਵੀ ਜਿਹੜੇ ਹਰ ਇੰਸਟੀਟਿਊਟ, ਹਰ ਸਕੂਲ, ਹਰ ਕਾਲਜ ਦੇ ਵਿੱਚ, ਹਰ ਆਫਿਸ ਦੇ ਵਿੱਚ ਆਪਾਂ ਇੱਕ ਬੋਰਡ ਲਗਾ ਦਈਏ ਅਤੇ ਸਾਰੇ ਇੰਪਲੋਈਜ਼ ਛੁੱਟੀ ਵੇਲੇ ਕੀ ਕਰ ਸਕਦੇ ਨੇ, ਉੱਥੇ ਲਿਖ ਕੇ ਜਾ ਸਕਦੇ ਨੇ ਵੀ ਅੱਜ ਮੈਂ ਆਪਣੇ ਲੈਵਲ 'ਤੇ ਜਾਂ ਕੱਲ੍ਹ ਮੈਂ ਆਪਣੇ ਲੈਵਲ 'ਤੇ ਇਹ ਚੀਜ਼ ਇੱਦਾਂ ਬਚਤ ਕੀਤੀ ਸੀਗੀ, ਕੱਲ੍ਹ ਮੈਂ ਟਿਸ਼ੂ ਰੋਲ ਵਰਤੇ ਅਤੇ ਮੈਂ ਉਹ ਥੋੜ੍ਹੇ ਘੱਟ ਵਰਤੇ, ਵੇਸਟ ਨਹੀਂ ਕੀਤੇ, ਵਰਤੇ ਸਿਰਫ ਵਰਤੇ, ਵੇਸਟੇਜ ਨਹੀਂ ਕੀਤੀ, ਯੂਜ਼ ਕੀਤਾ। ਅਤੇ ਮੈਂ ਜਿਹੜੇ ਆ ਰੋਟੀ ਖਾਣ ਵੇਲੇ ਜਿਹੜੇ ਨੈਪਕਿਨ ਆ ਉਹਨਾਂ ਨੂੰ ਵੀ ਘੱਟ ਯੂਜ਼ ਕੀਤਾ, ਬਿਕੋਜ਼ ਤੁਸੀਂ ਕੀ ਕਰਦੇ ਨੋਰਮਲੀ ਰੋਟੀ ਖਾਣ ਵੇਲੇ ਜਿੰਨੇ ਮਰਜ਼ੀ ਪੇਪਰ ਯੂਜ਼ ਕਰੀ ਜਾਓ ਉਹਦਾ ਕੋਈ ਫਾਇਦਾ ਨਹੀਂ ਹੈਗਾ, ਹੈ ਨਾ, ਤੁਸੀਂ ਉਹਨਾਂ ਯੂਜ਼ ਕਰੋ ਜਿੰਨੇ ਕੰਮ ਆ ਸਕਦੇ ਨੇ ਤੁਹਾਡੇ, ਵੇਸਟੇਜ ਵੱਲ ਨਾ ਤੁਰੋ। ਪਾਣੀ ਹੈ ਜਿਹੜਾ ਉਹ ਟੈਪ ਬੰਦ ਕਰ ਦਿਓ ਜੇ ਕਿਤੇ ਵੇਖ ਰਹੇ ਹੋ ਕਿ ਉਹ ਵੇਸਟ ਹੋ ਰਿਹਾ ਆ, ਗੱਡੀਆਂ ਨੇ ਉਹ ਜਦੋਂ ਸਿਗਨਲ 'ਤੇ ਖੜੀਆਂ ਨੇ ਉਹਨਾਂ ਨੂੰ ਬੰਦ ਕਰ ਦਿਓ ਕਿਉਂਕਿ ਫਿਊਲ ਵੇਸਟ ਹੋ ਰਿਹਾ। ਬਾਕੀ ਤੁਸੀਂ ਬਹੁਤ ਸਮਝਦਾਰ ਹੋ, ਮੈਨੂੰ ਪਤਾ ਆ ਸਾਡੇ ਕਾਲਰਜ਼ ਬਹੁਤ ਸਮਝਦਾਰ ਨੇ ਅਤੇ ਆਪਣੇ ਆਪਣੇ ਲੈਵਲ 'ਤੇ ਹਰ ਕਿਸੇ ਨੇ ਬਚਤ ਕਰਨੀ ਹੈ ਤਾਂ ਕਿ ਜਿਹੜੇ ਕੁਦਰਤੀ ਪਦਾਰਥ ਨੇ ਉਹਨੂੰ ਬਚਾ ਸਕੀਏ। ਅੱਜ ਵਾਸਤੇ ਸਿਰਫ ਇੰਨਾ ਹੀ ਸੀਗਾ, ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਨਵੇਂ ਟੌਪਿਕ, ਨਵੇਂ ਡਿਸਕਸ਼ਨ ਦੇ ਨਾਲ। ਤਦ ਤੱਕ ਲਈ ਸਲੋਨੀ ਸਰੀਨ ਵੱਲੋਂ ਸਤਿ ਸ਼੍ਰੀ ਅਕਾਲ।